ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਥਾਣਾ ਵਲਟੋਹਾ ਦੀਨ ਪੈਂਦੇ ਪਿੰਡ ਆਸਲ ਉਤਾੜ ਵਿਖੇ ਪੱਠੇ ਤੇ ਕੰਮ ਕਰਨ ਵਾਲੇ ਇੱਕ ਮਜ਼ਦੂਰ ਵੱਲੋਂ ਆਪਣੇ ਹੀ ਸਾਲੇ ਦਾ ਕੈਂਚੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਵਲਟੋਹਾ ਦੇ SHO ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਹਮੇਸ਼ ਸਿੰਘ ਵਾਸੀ ਪਿੰਡ ਬੂਹ ਨੇ ਆਪਣੇ ਸਾਲੇ ਸੁਖਚੈਨ ਸਿੰਘ ਵਾਸੀ ਮਹਿੰਦੀਪੁਰ ਦਾ ਬੀਤੀ ਰਾਤ ਕਤਲ ਕਰ ਦਿੱਤਾ। ਉਹਨਾਂ ਦੱਸਿਆ ਇਹਨਾਂ ਦੋਵਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ, ਜਿਸ ਦੌਰਾਨ ਹਮੇਸ਼ ਰਾਜ ਨੇ ਸੁਖਚੈਨ ਸਿੰਘ ਦੇ ਸਿਰ ਵਿੱਚ ਕੈਂਚੀ ਮਾਰ ਦਿੱਤੀ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਦੇ ਬਿਆਨਾਂ ਦੇ ਆਧਾਰ 'ਤੇ ਹਮੇਸ਼ ਸਿੰਘ ਖਿਲਾਫ਼ ਬਣਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸਦੀ ਪਾਲ 'ਚ ਮੁਕੱਦਮਾ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਂਜੀ ਸਰ, ਇੱਕ ਜਿਹੜਾ ਭੱਠੇ ਦੇ ਆਸਲੀ ਕਤਲ ਹੋਇਆ ਹੈ, ਕੀ ਮਸਲਾ ਸਰ? ਹਾਂਜੀ, ਇਹ ਕੱਲ੍ਹ ਰਾਤ ਦੀ ਗੱਲ ਹੈ। ਆਪਣੇ ਹਰਮੇਸ਼ ਸਿੰਘ ਅਤੇ ਸੁਖਚੈਨ ਸਿੰਘ ਜਿਹੜੇ ਹੈਗੇ ਆ, ਉਹ ਆਪਣੇ 'ਚ ਸਾਲਾ ਬਣਾਈਆ ਸੀਗਾ ਅਤੇ ਉਹਨਾਂ ਦੀ ਮਾਮੂਲੀ ਕਿਸੇ ਗੱਲ ਤੋਂ ਘਰੇ ਤਕਰਾਰ ਹੋ ਗਈ ਅਤੇ ਜਿਹੜਾ ਸੁਖਚੈਨ ਸਿੰਘ ਸੀਗਾ ਉਹਦੇ ਜਿਹੜਾ ਹਰਮੇਸ਼ ਸਿੰਘ ਨੇ ਨਾ ਅਤੇ ਉਹਦੇ ਕੈਂਚੀ ਮਾਰ ਕੇ ਉਹਦਾ ਕਤਲ ਕਰ ਦਿੱਤਾ। ਇਹ ਕਿਹੜੇ ਪਿੰਡ ਦੇ ਨੇ ਦੋਨੋਂ ਵਿਅਕਤੀ? ਜਿਹੜਾ ਹਰਮੇਸ਼ ਸਿੰਘ ਆ ਜੀ, ਉਹ ਹੈਗਾ ਜਿਹਦੇ ਕਿ ਕਤਲ ਕੀਤਾ ਆ, ਉਹ ਹੈਗਾ ਬੂਹ ਪਿੰਡ ਦਾ, ਸਨ ਆਫ ਦੇਸ਼ ਰਾਜ, ਅਤੇ ਜਿਹੜਾ ਮਰਨ ਵਾਲਾ ਵਿਅਕਤੀ ਉਹ ਸੁਖਚੈਨ ਸਿੰਘ ਸਨ ਆਫ ਸ਼ੱਬਾ ਸਿੰਘ ਵਾਸੀ ਮਹਿਦੀਪੁਰ। ਇਹ ਜਿਹਦਾ ਕਤਲ ਹੋਇਆ ਇਹ ਕੀ ਲੱਗਦਾ ਸੀਗਾ ਦੂਸਰੇ? ਇਹ ਹਰਮੇਸ਼ ਸਿੰਘ ਦਾ ਸਾਲਾ ਲੱਗਦਾ ਜੀ। ਕਿਹੜੇ ਭੱਠੇ ਦੇ ਸਰ ਹੋਇਆ? ਇਹ DJ ਬ੍ਰਿਕਸ ਭੱਠਾ ਹੈ ਜੀ, ਆਸਲ ਉਤਾੜ ਪਿੰਡ ਵਿੱਚ, ਦੀਦਾਰ ਸਿੰਘ ਦਾ। ਕੋਈ ਕਾਰਵਾਈ ਹੋਈ ਸਰ? ਕਾਰਵਾਈ ਇਹਦੇ ਜਿਹੜਾ ਸ਼ੱਬਾ ਸਿੰਘ ਸਨ ਆਫ ਉਹਦਾ ਪਿਓ ਆ ਸੁਖਚੈਨ ਸਿੰਘ ਦਾ ਜੀ, ਉਹਦੇ ਬਿਆਨਾਂ 'ਤੇ ਇਹਦੇ 302 IPC ਦੇ ਤਹਿਤ ਮੁਕੱਦਮਾ ਨੰਬਰ 48/20 ਜਿਹੜਾ ਥਾਣਾ ਜਿਹੜਾ ਵਲਟੋਹਾ ਵਿਖੇ ਦਰਜ ਕਰ ਲਿਆ ਗਿਆ। ਉਹ ਬੰਦੇ ਅਰੈਸਟ ਹੋਏ ਸਰ? ਉਹਨਾਂ ਦੀ ਛਾਪੇਮਾਰੀ ਜਾਰੀ ਹੈ ਜੀ। ਵਲਟੋਹਾ ਤੋਂ ਰਵੀ ਖਹਿਰਾ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਸਾਂਝ TV, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।